ਦੱਸ ਦਈਏ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਅੱਜ ਸਰਨਾ ਤੋਂ ਭੀਮਪੁਰ ਤੱਕ ਜਾਂਦੀ ਸੜਕ ਜਿਹੜੀ ਹੈ ਸਰਨਾ ਤੋਂ ਫਰੀਦਾਨਗਰ ਭੀਮਪੁਰ ਤੱਕ ਜਿਹੜੀ ਸੜਕ ਹੈ ਉਸਦਾ ਉਦਘਾਟਨ ਕਰਨ ਦੇ ਲਈ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਪਹੁੰਚੇ ਤੇ ਉਹਨਾਂ ਦੇ ਵੱਲੋਂ ਜਿਹੜਾ ਇਸ ਸੜਕ ਦਾ ਜਿਹੜਾ ਹੈ ਨੀਂਹ ਪੱਥਰ ਰੱਖਿਆ ਗਿਆ ਤੇ ਉੱਥੇ ਹੀ ਦੱਸ ਦਈਏ ਜਿੱਥੇ ਲੋਕ ਸਭਾ ਮੈਂਬਰ ਦੇ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਇਸਦਾ ਉਦਘਾਟਨ ਜਿਹੜਾ ਨੀਂਹ ਪੱਥਰ ਜਿਹੜਾ ਹੈ ਉਹ ਰੱਖਿਆ ਗਿਆ ਸੜਕ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਗਿਆ ਤੇ ਉੱਥੇ ਜੇਕਰ ਅਸੀਂ ਗੱਲ ਕਰੀਏ ਸੜਕ ਦੀ ਤਾਂ ਇਸਦੀ ਹਾਲਤ ਇੰਨੀ ਖਸਤਾ ਕਿਉਂ ਹੈ ਕਿਉਂਕਿ ਪਿਛਲੀ ਸਰਕਾਰ ਦੇ ਵਿੱਚ ਜਿਹੜੇ ਨੇ ਲੋਕ ਸਭਾ ਮੈਂਬਰ ਸੀ ਸਨੀ ਦਿਓਲ ਸੀ ਤਾਂ ਉਹ ਜਿਹੜੇ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਉਹਨਾਂ ਨੇ ਪੰਜਾਬ ਦਾ ਦੌਰਾ ਤੇ ਕੀ ਕਰਨਾ ਆਪਣੀ ਸ਼ਕਲ ਦਿਖਾਉਣ ਨੂੰ ਵੀ ਜਿਹੜੇ ਨੇ ਉਹ ਗੁਰੇਜ਼ ਕਰਦੇ ਸੀ ਤਾਂ ਸੜਕ ਜਿਹੜੀ ਹੈ ਉਹ ਜਿਉਂ ਦੀ ਤਿਉਂ ਪਈ ਰਹੀ ਸੀ ਤੇ ਲੋਕਾਂ ਨੂੰ ਜਿਹੜੀ ਇਹ ਖਾਸਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਉਸੇ ਦੇ ਮੱਦੇਨਜ਼ਰ ਜਿਹੜਾ ਇਹ ਸੜਕ ਦਾ ਨੀਂਹ ਪੱਥਰ ਅੱਜ ਰੱਖਿਆ ਗਿਆ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਤੇ ਉਹਨਾਂ ਦੇ ਨਾਲ ਹੀ ਸਾਬਕਾ ਵਿਧਾਇਕ ਜਿਹੜੇ ਨੇ ਜੋਗਿੰਦਰ ਪਾਲ ਉਹ ਵੀ ਉੱਥੇ ਮੌਜੂਦ ਸੀ ਤੇ ਤਮਾਮ ਮੈਂਬਰਾਂ ਦੇ ਵੱਲੋਂ ਜਿਹੜਾ ਇਹ ਨੀਂਹ ਪੱਥਰ ਰੱਖਿਆ ਗਿਆ ਤੇ ਉੱਥੇ ਹੀ ਜਿੱਥੇ ਨੀਂਹ ਪੱਥਰ ਰੱਖਿਆ ਗਿਆ ਤੇ ਨਾਲ ਦੇ ਨਾਲ ਹੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਤੇ ਸਿੱਧੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਏ ਸੁਖਜਿੰਦਰ ਸਿੰਘ ਰੰਧਾਵਾ ਤੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਕਿਉਂਕਿ ਇਹ ਸੜਕ ਜਿਹੜੀ ਹੈ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਬਣਨ ਜਾ ਰਹੀ ਹੈ ਤੇ ਇਸਦਾ ਉਦਘਾਟਨ ਜਿਹੜਾ ਹੈ ਉਹ ਲੋਕ ਸਭਾ ਦਾ ਮੈਂਬਰ ਹੀ ਕਰ ਸਕਦਾ ਹੈ ਤਾਂ ਪਿੱਛੇ ਜੀ ਇੱਕ ਮਾਮਲਾ ਜਿਹੜਾ ਉਹ ਦੇਖਣ ਨੂੰ ਮਿਲਿਆ ਸੀ ਕੁਝ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਸੀ ਜਿੱਥੇ ਲਾਲ ਚੰਦ ਕਟਾਰੂ ਚੱਕ ਜਿਹੜੇ ਨੇ ਉਹ ਸੜਕ ਦਾ ਉਦਘਾਟਨ ਕਰਦੇ ਹੋਏ ਨਜ਼ਰ ਆਏ ਸੀ ਸੜਕ ਦਾ ਨੀਂਹ ਪੱਥਰ ਰੱਖਦੇ ਹੋਏ ਨਜ਼ਰ ਆਏ ਸੀ ਬੜੇ ਜ਼ੋਰ ਸ਼ੋਰ ਦੇ ਨਾਲ ਤਾਂ ਉਸੇ ਹੀ ਲੜੀ ਦੇ ਤਹਿਤ ਜਿਹੜੇ ਨੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਸਿੱਧੇ ਨਿਸ਼ਾਨਾ ਸਾਧਦੇ ਹੋਏ ਤੰਚ ਕੱਸਦੇ ਹੋਏ ਨਜ਼ਰ ਆਏ ਨੇ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਨੂੰ ਇਹਨਾਂ ਨਹੀਂ ਪਤਾ ਕਿ ਕਿਸ ਤਰ੍ਹਾਂ ਦੇ ਨਾਲ ਕਿਸ ਨੂੰ ਕਿਹੜਾ ਕੰਮ ਕਰਨਾ ਚਾਹੀਦਾ ਤੇ ਹੋਰ ਕੀ ਗੱਲਬਾਤ ਹੋਈ ਇਸ ਦੌਰਾਨ ਕਿਸ ਤਰ੍ਹਾਂ ਦੇ ਸਵਾਲ ਤੇ ਕਿਸ ਤਰ੍ਹਾਂ ਦੇ ਨਿਸ਼ਾਨੇ ਜਿਹੜੇ ਨੇ ਉਹ ਸਾਧੇ ਗਏ ਨੇ ਲਾਲ ਚੰਦ ਕਟਾਰੂ ਚੱਕ ਤੇ ਕੈਬਨਿਟ ਮੰਤਰੀ ਜੋ ਨੇ ਆਓ ਦੇਖ ਲੈਣੇ ਦੇਖੋ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਹੈ ਉਹਨੇ ਪਹਿਲੇ ਕਿਹਾ ਸੀ ਵੀ ਆਪਾਂ ਦਿੱਲੀ ਨੂੰ ਇੱਕ ਮਾਡਲ ਦੀ ਤਰ੍ਹਾਂ ਬਣਾਵਾਂਗੇ ਜਿਹਦੇ ਵਿੱਚ ਉਹਨੇ ਕਿਹਾ ਕਿ ਜਿਹੜੇ ਸਾਡੇ ਮਹੱਲਾ ਕਲੀਨਿੰਗ ਹੈ ਬਹੁਤ ਵਧੀਆ ਔਰ ਬੜੇ ਅੱਛੇ ਬਣਾਤੇ ਹੈ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਉਹਨਾਂ ਕਿਹਾ ਵੀ ਬਹੁਤ ਵਧੀਆ ਮਹੱਲਾ ਕਲੀਨਿੰਗ ਬਣਾਤੇ ਹੈ ਅਤੇ ਤੁਸੀਂ ਇਹ ਦੇਖੋ ਕਿ ਭਗਵੰਤ ਮਾਨ ਦਿੱਲੀ ਤੋਂ ਬਾਈ ਏਅਰ ਆ ਰਿਹਾ ਸੀ ਪੰਜਾਬ ਅਤੇ ਉਹ ਪੌੜੀਆਂ ਉਤਰਦਾ ਜਹਾਜ਼ ਜੋ ਡਿੱਗ ਪਿਆ ਇਹ ਨਹੀਂ ਸਾਨੂੰ ਪਤਾ ਵੀ ਉਹ ਕਿਸ ਤਰ੍ਹਾਂ ਡਿੱਗਿਆ ਉਹਦੇ ਬਾਅਦ ਫਿਰ ਚੁੱਕ ਕੇ ਉਹਨੂੰ ਦਿੱਲੀ ਲੈ ਗਏ ਆ ਅਤੇ ਜੇ ਉਹਨਾਂ ਦੀ ਮਹੱਲਾ ਕਲੀਨਿੰਗ ਆ ਬਹੁਤ ਅੱਛੀਆਂ ਸੀ ਤਾਂ ਫਿਰ ਦਿੱਲੀ ਲੈਣ ਦੀ ਕੀ ਜ਼ਰੂਰਤ ਸੀ ਫਿਰ ਜੇ ਅਗਰ ਦਿੱਲੀ ਉਹਨੂੰ ਲੈ ਗਏ ਆ ਅਤੇ ਮਹੱਲਾ ਕਲੀਨਿੰਗ ਤਾਂ ਦਿੱਲੀ ਦੇ ਵਿੱਚ ਵੀ ਹੈਗੀ ਸੀ ਵੀ ਮਹੱਲਾ ਕਲੀਨਿੰਗ 'ਚ ਆਪਣਾ ਇਲਾਜ ਕਰਾਉਣਾ ਚਾਹੀਦਾ ਇਹ ਸਭ ਇਹਨਾਂ ਕੋਲ ਝੂਠ ਅਤੇ ਝੂਠ ਹੈ ਹੋਰ ਕੁਛ ਨਹੀਂ ਹੈ ਤੁਹਾਡੇ ਸਾਹਮਣੇ ਹੀ ਹੈ ਰੰਧਾਵਾ ਸਾਹਿਬ ਅੱਜ ਹੁਣੇ ਇਲੈਕਸ਼ਨ ਜਿਹੜੇ ਜਿੱਤੇ ਆ ਅਤੇ ਲੋਕਾਂ ਨੂੰ ਸਮਝ ਹੋ ਗਈ ਹੈ ਵੀ ਇਹ ਸਭ ਝੂਠੇ ਆ ਜੋ ਕਹਿੰਦੇ ਆ ਉਹ ਕਰਦੇ ਨਹੀਂ ਨਾ ਹੀ ਉਹ ਕਰ ਸਕਦੇ ਆ ਸਰਕਾਰਾਂ ਹਮੇਸ਼ਾ ਉਹ ਲੋਕ ਚਲਾਉਂਦੇ ਆ ਜਿਹੜੇ ਤਜਰਬੇਕਾਰ ਹੁੰਦੇ ਆ ਪਲੱਸ ਜਿਹੜੇ ਪੜ੍ਹੇ ਲਿਖੇ ਹੁੰਦੇ ਆ ਇਹ ਦੋਨਾਂ ਚੀਜ਼ਾਂ ਦੇ ਵਿੱਚ ਨਾ ਇਹ ਪੜ੍ਹੇ ਲਿਖੇ ਆ ਨਾ ਇਹ ਤਜਰਬੇਕਾਰ ਆ ਅਤੇ ਸਰਕਾਰ ਕਿੱਥੇ ਚਲਾ ਲੈਣੀ ਇਹ ਸੜਕੇ ਦੀਆਂ ਸੜਕਾਂ ਦਾ ਬੜਾ ਬੁਰਾ ਹਾਲ ਹੈ MLA ਸਾਹਿਬ ਨੇ ਕਈ ਵਾਰਾਂ ਕਿਹਾ ਜੋਗਿੰਦਰ ਪਾਲ ਹੋਣਾ ਨੇ ਜਿੰਦੋ ਸੀਗੇ ਇਹਨਾਂ ਨੇ ਬਹੁਤ ਇਲਾਕੇ ਦੇ ਪਿੰਡਾਂ ਦੇ ਵਿੱਚ ਤੁਸੀਂ ਜਾ ਕੇ ਵੇਖੋ ਕਿ ਕਿਵੇਂ ਪਿੰਡਾਂ ਦੀ ਡਿਵੈਲਪਮੈਂਟ ਕੀਤੀ ਮੈਂ ਬੜਾ ਹੈਰਾਨ ਸੀਗਾ ਕਿ ਇਹੋ ਜਿਹੇ ਪਿੰਡ ਜਿੱਥੇ ਲੰਘਣ ਨੂੰ ਰਾਹ ਨਹੀਂ ਸੀਗਾ ਉੱਥੇ ਸੜਕਾਂ ਜਾ ਰਹੀਆਂ ਨੇ ਔਰ ਉੱਥੇ ਪਿੰਡਾਂ ਦੇ ਵਿੱਚ ਇੰਟਰਲੋਕ ਟਾਇਲ ਦਾ ਇੰਨਾ ਜ਼ਿਆਦਾ ਕੰਮ ਹੋਇਆ ਵਾਕਿਆ ਕਾਬਲੇ ਤਾਰੀਫ ਸੀਗਾ ਅਤੇ ਮੈਂ ਇਸ ਤੋਂ ਹੀ ਜਿਹੜਾ ਤੁਸੀਂ ਕਹਿੰਦੇ ਕਿ ਮੰਤਰੀ ਨੀਂਹ ਪੱਥਰ ਰੱਖੀ ਗਿਆ ਮੈਂ ਉਹਨੂੰ ਪੁੱਛਣਾ ਚਾਹੁੰਦਾ ਕਿ ਤੂੰ ਦੱਸ ਦੇ ਕਿ ਇਹਨਾਂ 2.5 ਸਾਲਾਂ 'ਚ ਕਿਹੜੇ ਪਿੰਡਾਂ 'ਚ ਕਿੰਨੀ ਗ੍ਰਾਂਟ ਦਿੱਤੀ ਅਤੇ ਕਿਹੜੀ ਪੰਜਾਬ ਸਰਕਾਰ ਸੜਕ ਬਣਾ ਸਕੀ ਆ ਕਿਹੜੀ ਪੰਜਾਬ ਸਰਕਾਰ ਸੜਕ ਨੂੰ
ਅਤੇ ਉਹਦੇ 'ਤੇ ਬਜਰੀ ਲੁੱਕ ਬਜਰੀ ਪਵਾ ਸਕੀ ਆ, ਰਿਪੇਅਰ ਕਰਾ ਸਕੀ ਆ। ਤੋ ਇਹ ਜਿਹੜੀਆਂ ਚੀਜ਼ਾਂ ਨੇ, ਅਤੇ ਨਾਲ ਹੀ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਜੇ ਤੁਸੀਂ ਮੰਤਰੀ ਸੀਗੇ ਤਾਂ ਫਿਰ ਤੁਸੀਂ ਤੀਜੇ ਨੰਬਰ 'ਤੇ ਕਿਉਂ ਆਏ ਜੀ? ਲੋਕਾਂ ਦੇ ਕੰਮ ਕਰਦੇ ਤਾਂ ਪਹਿਲੇ ਨੰਬਰ 'ਤੇ ਆਉਂਦੇ, ਸੁਖਜਿੰਦਰ ਸਿੰਘ ਰੰਧਾਵਾ, ਜਗਿੰਦਰ ਪਾਲ ਪਹਿਲੇ ਨੰਬਰ 'ਤੇ ਨਾ ਆਉਂਦੇ। ਦੇਖੋ ਇਹ ਪੰਜਾਬ ਸਰਕਾਰ ਦਾ ਹੈਗਾ, ਪਰ ਇੱਕ ਜ਼ਰੂਰ ਚੀਜ਼ ਹੈ ਕਿ ਇਹਨੂੰ ਚੋਰੀ ਨੂੰ ਰੋਕਣਾ ਪਏਗਾ। ਕ੍ਰੈਸ਼ਨ ਇੰਡਸਟਰੀ ਨੂੰ MLA ਸਾਹਿਬ ਨੇ ਬੜੀ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਲੜਾਈ ਲੜੀ ਗਵਰਨਮੈਂਟ ਆਉਣ 'ਤੇ, ਇੱਥੋਂ ਦੀ ਕ੍ਰੈਸ਼ਰ ਇੰਡਸਟਰੀ ਨੂੰ ਰਿਵਾਈਵ ਕੀਤਾ ਜਾਏਗਾ ਅਤੇ ਚੋਰੀ ਬੰਦ ਕੀਤੀ ਜਾਏਗੀ, ਇਹ ਤੁਹਾਡੇ ਨਾਲ ਮੈਂ ਵਾਅਦਾ ਕਰਦਾ। ਹੁਣ ਪਹਿਲੀ ਗੱਲ ਤਾਂ ਜਿਹੜੀਆਂ ਗਾਈਡਲਾਈਨਸ ਨੇ ਜਿਹੜੀਆਂ ਨੇ ਇਹ ਡਿਪਾਰਟਮੈਂਟ ਨੂੰ, ਔਰ ਕੱਲ੍ਹ ਵੀ ਜਿਹੜੀ ਗੁਰਦਾਸਪੁਰ ਮੀਟਿੰਗ ਹੋਈ ਆ ਉਹਦੇ 'ਚ ਬੜਾ ਕਲੀਅਰ ਕੱਟ ਕਿਹਾ ਗਿਆ ਕਿ ਜਿਹੜੀਆਂ ਯੋਜਨਾਵਾਂ ਗਵਰਨਮੈਂਟ ਆਫ ਇੰਡੀਆ ਦੀਆਂ ਅਤੇ ਮੈਂਬਰ ਪਾਰਲੀਮੈਂਟ ਦੇ ਅੰਡਰ ਨੇ, ਉਹਨਾਂ ਦੇ ਜਿਹੜੇ ਫਾਊਂਡੇਸ਼ਨਸ ਹੋਣ ਉਹਦੇ 'ਤੇ ਉਸ ਉੱਥੋਂ ਦੇ ਲੋਕਲ MLA ਦਾ ਨਾਂ 'ਤੇ ਲਿਖਿਆ ਜਾ ਸਕਦਾ, ਔਰ ਉਹ ਆਪਣੇ ਆਪ ਉੱਥੇ ਨੀਂਹ ਪੱਥਰ ਨਹੀਂ ਰੱਖ ਸਕਦਾ। ਜਿੰਨੀਆਂ ਵੀ ਨੈਸ਼ਨਲ ਹਾਈਵੇਜ਼ ਬਣ ਰਹੀਆਂ ਨੇ ਉਹਨਾਂ ਦੇ ਉੱਤੇ ਕੋਈ MLA ਆਪਣੇ ਆਪ ਕੋਈ ਨੀਂਹ ਪੱਥਰ ਰੱਖ ਕੇ ਚਲਾ ਜਾਂਦਾ। ਅਤੇ ਇਹ ਜਿਹੜੀਆਂ ਸੜਕਾਂ ਨੇ, ਮੈਂ ਇੱਕ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜੀਆਂ ਰੋਡਸ ਨੇ ਇਹ ਫੇਜ਼ 3 ਦੀਆਂ ਨੇ। ਮੇਰੇ ਖਿਆਲ ਕਿ ਜੇ ਤੁਸੀਂ ਮੰਤਰੀ ਨੂੰ ਪੁੱਛੋਗੇ ਨਾ ਕਿ ਕਿਹੜੇ ਫੇਜ਼ ਦੀਆਂ ਸੜਕਾਂ ਅਤੇ ਕਿੱਥੋਂ ਅਤੇ ਕਦੋਂ ਮਨਜ਼ੂਰ ਹੋਈਆਂ ਅਤੇ ਕਿਵੇਂ ਮਨਜ਼ੂਰ ਹੁੰਦੀਆਂ, ਉਹਨੂੰ ਮਿਨਿਸਟਰ ਸਾਹਿਬ ਨੂੰ ਇਹ ਵੀ ਨਹੀਂ ਪਤਾ ਹੋਣਾ। ਇਹਦੇ 'ਚ ਹੁਣ ਇਹ ਫੇਜ਼ 4 ਚੱਲ ਪਿਆ ਔਰ ਇਹਨਾਂ ਡਿਪਾਰਟਮੈਂਟ ਨੂੰ ਵੀ ਪਤਾ, ਮੈਂ ਇਹਨਾਂ ਨੂੰ ਅਜੇ ਵੀ ਲਿਖ ਕੇ ਭੇਜਿਆ ਕਿ ਜਲਦੀ ਜਲਦੀ ਕਰਵਾ ਕੇ ਭੇਜੋ, ਫੇਜ਼ 3 ਜਿਹੜੀਆਂ ਨੇ ਉਹ ਖਤਮ ਹੋ ਚੁੱਕੀਆਂ ਨੇ ਉਹਨਾਂ ਦੇ ਉੱਤੇ। ਅਤੇ ਮੰਤਰੀ ਜੀ ਨੂੰ ਮੈਂ ਇੱਕ ਹੋਰ ਜਾਣਕਾਰੀ ਉਹਨਾਂ ਨੂੰ ਦੱਸ ਦੇਵਾਂ ਕਿ ਜਿਹੜੀ ਪ੍ਰਧਾਨ ਮੰਤਰੀ ਸੜਕ ਯੋਜਨਾ ਵਾ ਉਹ ਜਿੰਨੀ ਦੇਰ MP ਨਹੀਂ ਲਿਖ ਕੇ ਭੇਜਦਾ ਉਹ ਨਹੀਂ ਹੁੰਦੀਆਂ। ਇਹ ਠੀਕ ਹੈ ਕਿ ਉਸ ਵੇਲੇ ਦੇ MP ਨੇ ਲਿਖਿਆ ਜਾਂ ਨਹੀਂ ਲਿਖਿਆ ਅਤੇ ਉਹਦੇ ਬਾਰੇ ਨਹੀਂ ਮੈਨੂੰ ਪਤਾ, ਜਿਹੜੇ ਪਹਿਲੀ ਸਾਡੇ MP ਸੀਗੇ ਕਿਉਂਕਿ ਕਦੇ ਆਏ ਨਹੀਂ ਸੀ, ਉਹਨਾਂ ਸਿਗਨੇਚਰ ਹੀ ਨਹੀਂ ਸੀ ਕੀਤੇ। ਅਤੇ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਰੱਖਣੀਆਂ, ਔਰ ਮੇਰਾ ਖਿਆਲ ਕਿ ਇਹ ਗਲਤ ਨੇ, ਔਰ ਇਸੇ ਤਰ੍ਹਾਂ ਹੀ ਜੇ ਹੋਰ ਵੀ ਜਿਹੜੀਆਂ ਨੇ ਪ੍ਰਧਾਨ ਮੰਤਰੀ ਸੜਕ ਯੋਜਨਾ 'ਚ ਉਹ ਆਉਣਗੀਆਂ, ਇਹਨਾਂ ਨੂੰ ਮੈਂ ਇਹਨਾਂ ਨੂੰ ਮੰਤਰੀ ਜੀ ਦੀ ਜਾਣਕਾਰੀ ਲਈ ਦੱਸ ਦੇਣਾ ਚਾਹੁੰਦਾ ਕਿ ਜੇ ਜ਼ੋਰ ਲਾਉਣਾ ਤਾਂ ਉੱਥੇ ਜਾ ਕੇ ਦਿੱਲੀ ਜ਼ੋਰ ਲਾਓ। ਜਿਹੜਾ ਫੇਜ਼ 4 ਚੱਲ ਪਿਆ ਉਹਦੇ ਵਿੱਚ ਮੈਂ ਗਵਰਨਮੈਂਟ ਆਫ ਇੰਡੀਆ 'ਚ ਮਿਲ ਕੇ ਆਇਆ, ਉਹਨਾਂ ਨੇ ਉੱਥੇ ਕਿਹਾ ਕਿ ਸਿਰਫ ਹੁਣ ਲਿੰਕ ਰੋਡ ਜਿਹੜੇ ਨਵੇਂ ਲਿੰਕ ਰੋਡ ਨੇ ਕਿ ਕਿਸ ਪਿੰਡ ਨੂੰ ਸੜਕ ਜਿਹੜੀ ਅਜੇ ਤੱਕ ਨਹੀਂ ਗਈ। ਉੱਥੇ ਮੈਂ ਗੱਲ ਵੀ ਕੀਤੀ ਉਹਨਾਂ ਦੇ ਨਾਲ ਕਿ ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹਾ ਪਿੰਡ ਨਹੀਂ ਜਿਹਨੂੰ ਲਿੰਕ ਨਹੀਂ ਗਿਆ, ਇੱਕ ਇੱਕ ਪਿੰਡ ਨੂੰ 4-4, 5-5 ਲਿੰਕ ਨੇ। ਸਾਨੂੰ ਇਹਦੇ 'ਚੋਂ ਨਾ ਰੱਖਿਆ ਜਾਵੇ, ਸਾਨੂੰ ਕੀਤਾ ਜਾਵੇ ਕਿ ਜਿਹੜੀਆਂ ਅਪਗ੍ਰੇਡੇਸ਼ਨ ਆ ਜਿਵੇਂ 18 ਫੁੱਟ ਕਰਨੀ ਆ ਜਾਂ ਸਟਰੈਂਥਨਿੰਗ ਕਰਨੀ ਆ, ਇਹਨਾਂ ਸੜਕਾਂ 'ਚ ਹੀ ਲਿਆਂਦਾ ਜਾਵੇ। ਪਰ ਮੇਰੇ ਖਿਆਲ ਕਿ ਪੰਜਾਬ ਗਵਰਨਮੈਂਟ ਨੂੰ ਉਹਦੇ ਬਾਰੇ ਪਤਾ ਨਹੀਂ। ਉਸ ਮੀਟਿੰਗ 'ਚ ਮੁੱਖ ਮੰਤਰੀ ਸਾਹਿਬ ਨੂੰ ਮੈਂ ਅਪੀਲ ਕਰਦਾ ਕਿ ਜਾ ਕੇ ਦਿੱਲੀ 'ਚ ਜ਼ੋਰ ਪਾਓ ਅਤੇ ਪੰਜਾਬ ਨੂੰ ਬਚਾਈਏ। ਸਰ, ਪੰਜਾਬ ਦੇ CM ਮਾਨ ਸਾਹਿਬ ਦਾ ਕਹਿਣਾ ਸੀਗਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਆ ਉਹਨਾਂ ਦੇ ਭਵਿੱਖ ਦੇ ਨਾਲ ਖਿਲਵਾੜ ਨਹੀਂ ਕੀਤਾ ਜਾਊਗਾ, ਪਰ ਅੱਜ ਵੱਡੀ ਸੰਖਿਆ ਦੇ ਵਿੱਚ ਉਹ ਨੌਜਵਾਨ ਜਿਹੜੇ ਆ ਠੇਕੇਦਾਰ ਪ੍ਰਥਾ ਨੂੰ ਲੈ ਕੇ ਜਿਹੜੇ ਆਪਣੀ ਮੰਗਾਂ ਨੂੰ ਲੈ ਕੇ ਤੁਹਾਨੂੰ ਮੰਗ ਪੱਤਰ ਸੌਂਪਣ ਆਏ, ਕੀ ਕਹਿਣਾ ਚਾਹੁੰਦੇ ਹੋ? ਮੇਰੀ ਗੱਲ ਸੁਣ, ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹਨਾਂ ਦੀ, ਜਿਹੜਾ ਮੁੱਖ ਮੰਤਰੀ ਇਹ ਕਹਿੰਦਾ ਕਿ ਪੰਜਾਬ ਦੇ ਵਿੱਚ ਹਾਲਾਤ ਬਹੁਤ ਵਧੀਆ ਨੇ ਅਤੇ ਆਪ ਬੁਲਟ ਪਰੂਫ ਸ਼ੀਸ਼ੇ 'ਚ ਖਲੋ ਕੇ ਲੈਕਚਰ ਦਿੰਦਾ, ਅਤੇ ਬੇਟਾ ਉਹਦੇ ਬਾਰੇ ਮੈਂ ਕੀ ਕਹਿ ਸਕਦਾ? ਜਿਸ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ, ਪਤਾ ਨਹੀਂ ਪਿੱਛੇ ਕਿਹੜੀਆਂ ਅਖਬਾਰਾਂ 'ਚ ਜੋ ਆਉਂਦਾ ਰਿਹਾ ਕਿ ਹਵਾਈ ਜਹਾਜ਼ ਤੋਂ ਡਿੱਗ ਗਏ, ਫਿਰ ਵਾਪਸ ਚਲੇ ਗਏ। ਉਹ ਤਾਂ ਕਹਿੰਦੇ ਨੇ ਕਿ 2 ਕਰੋੜ ਲੋਕਾਂ ਦਾ ਅਸੀਂ 5 ਲੱਖ ਕਲੀਨਿਕ 'ਚ ਇਲਾਜ ਕਰ ਦਿੱਤਾ, ਅਤੇ ਮੁੱਖ ਮੰਤਰੀ ਆਪ ਹੀ ਸਟੇਟਮੈਂਟ ਦਿੰਦਾ ਜਦੋਂ ਗਵਰਨਰ ਸਾਹਿਬ ਦੇ ਕਿ ਮੈਂ 3 ਕਰੋੜ ਲੋਕਾਂ ਨੂੰ ਜਵਾਬ ਦੇਆਂ, ਅਤੇ ਜੇ 2 ਕਰੋੜ ਦਾ ਇਲਾਜ ਕਰ ਦਿੱਤਾ ਤਾਂ ਪੰਜਾਬ 'ਚ ਇਹਦਾ ਮਤਲਬ ਕਿੰਨੇ ਪਰਸੈਂਟ ਲੋਕ ਜਿਹੜੇ ਪੰਜਾਬੀ ਬਿਮਾਰ ਪਏ ਸੀ? ਇਹਦੇ ਤੋਂ ਕਹੋ ਕਿ ਚੀਫ ਮਿਨਿਸਟਰ ਨੂੰ ਪਤਾ ਹੀ ਨਹੀਂ
ਕਿ ਆਪਾਂ ਕੀ ਗੱਲਾਂ ਕਰਨੀਆਂ ਅਤੇ ਕਿਵੇਂ ਨਹੀਂ ਕਰਨੀਆਂ। ਇਹ ਜਿਹੜੀਆਂ ਨੇ ਮੁੱਖ ਮੰਤਰੀ ਨੂੰ ਬਹੁਤਾ ਸੀਰੀਅਸ ਨਾ ਲਿਆ ਕਰੋ। ਇਹ ਬਦਕਿਸਮਤੀ ਹੈ ਪੰਜਾਬ ਦੀ ਕਿ ਬਦਲਾਅ ਆ ਅਤੇ ਪੰਜਾਬ ਨੂੰ ਜਿਹੜੀਆਂ ਤੁਸੀਂ ਹਸਤਾਨਾ ਗੰਢਾਂ ਦਿੱਤੀਆਂ ਨੇ ਪੰਜਾਬ ਕੋਲੋਂ ਮੂੰਹ ਨਾਲ ਵੀ ਨਹੀਂ ਖੁੱਲ੍ਹਣੀਆਂ। ਜਿਹੜਾ ਮੁੱਖ ਮੰਤਰੀ ਇਹ ਦੋਵਾਂ ਸਾਲਾਂ 'ਚ 1,00,000 ਕਰੋੜ ਦਾ ਕਰਜ਼ਾ ਲੈ ਜੇ, ਅਤੇ ਜਦੋਂ ਬਣ ਤੋਂ ਪਹਿਲਾਂ ਇਹੀ ਆਮ ਆਦਮੀ ਪਾਰਟੀ ਇਹ ਕਹਿੰਦੀ ਸੀ ਕਿ ਅਸੀਂ ਘਰ ਨਹੀਂ ਲਵਾਂਗੇ, ਅਸੀਂ ਆਮ ਪਰਿਵਾਰ 'ਚੋਂ ਹਾਂ, ਅਸੀਂ ਆਹ ਨਹੀਂ ਕਰਾਂਗੇ। ਇਹਨਾਂ ਕੋਲ ਤਾਂ ਮੁਜਾਰਤ ਨਹੀਂ ਚੱਲਣ ਦੀ, ਕਿੱਦਣ ਤੱਕ ਤਾਂ ਕਿੰਨੀਆਂ ਤਾਂ ਇਹਨਾਂ ਨੇ ਕਿੰਨੀ ਵਾਰਾਂ 'ਤੇ ਇਹਨਾਂ ਮੰਤਰੀ ਮੰਡਲ ਹੀ ਬਦਲ ਦਿੱਤਾ, ਜਿਹਦਾ ਮਤਲਬ ਇਹਨਾਂ 'ਚ ਕੈਪੇਬਲ ਕੋਈ ਨਹੀਂ। ਅਤੇ ਜਿਹੜਾ ਉਹ ਦਿੱਲੀ ਵਾਲਾ ਸੀ ਉਹ ਕਹਿੰਦਾ ਸੀ ਕਿ ਮੈਂ 2 ਕਮਰੇ ਦੇ ਘਰ 'ਚ ਰਹੂੰਗਾ, 43 ਕਰੋੜ ਰੁਪਈਆ ਉਹਨੇ ਆਪਣੇ ਘਰ 'ਚ ਹੀ ਲਾ ਲਿਆ ਅਤੇ ਉਸੇ ਚੀਜ਼ ਅੰਦਰ ਚਲਾ ਗਿਆ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ 'ਤੇ ਤਾਂ ਤੁਹਾਨੂੰ ਮੈਂ ਅਪੀਲ ਕਰਦਾ ਕਿ ਇਹ ਇਹਨਾਂ ਨੂੰ ਜਿਹਨੂੰ ਕਹਿੰਦੇ ਨਾ ਦਾਲ ਹੁਣ ਬਹੁਤਾ ਨੇ ਕੋਈ ਕਰਨੀ ਡੁੱਲ ਗਈ ਸੀ, ਅਤੇ ਉਹ ਕਹਿੰਦਾ ਅਸੀਂ ਇੱਦਾਂ ਹੀ ਖਾਂਦੇ ਹਾਂ, ਅਤੇ ਇਹ ਉਹ ਦਾਲ ਡੁੱਲੀ ਵਾਲੇ ਨੇ ਇਹਨਾਂ ਨੂੰ ਪੰਜਾਬ ਦੀ ਕੋਈ ਵੀ ਇਹ ਇੱਕ ਕੰਮ ਸੀਰੀਅਸ ਨਹੀਂ। ਨਸ਼ਿਆਂ ਦਾ ਕੀ ਹਾਲ ਆ, ਨੌਜਵਾਨੀ ਦਾ ਕੀ ਹਾਲ ਆ, ਲਾਅ ਐਂਡ ਆਰਡਰ ਦਾ ਕੀ ਹਾਲ ਹੈ, ਲੋਕ ਡਰਦੇ ਘਰਾਂ 'ਚੋਂ ਬਾਹਰ ਨਿਕਲੇ। ਇਹ ਕਰਕੇ ਬਹੁਤ ਇਹਦਾ ਟਾਈਮ ਨਹੀਂ ਚੱਲਣਾ। ਇਹ ਮੇਰੇ ਖਿਆਲ ਕਿ ਜਿੱਦਾਂ ਕੇਜਰੀਵਾਲ ਸਾਹਿਬ ਬਾਹਰ ਆਏ ਨੇ, ਸ਼ਾਇਦ ਇਹਨਾਂ ਨੂੰ ਨਾ ਕਿਤੇ ਬਾਹਰ ਦਾ ਰਸਤਾ ਵਿਖਾ ਦੇ। ਕੈਮਰਾ ਪਰਸਨ ਹਨੀ ਦੇ ਨਾਲ ਅਜੇ ਸੈਨੀ ਦੀ ਰਿਪੋਰਟ।